ਸਟੂਡੈਂਟਸ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਰੀਜ਼ਨਿੰਗ ਦਾ ਟੌਪਿਕ ਕਰਾਂਗੇ ਨੰਬਰ ਸੀਰੀਜ਼ ਨੰਬਰ ਸੀਰੀਜ਼ ਇਸ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਤੇ ਇਹਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਜਿਹੜੇ ਆ ਉਹ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਰੀਜ਼ਨਿੰਗ ਦੇ ਵਿੱਚ ਜਿਹੜੀ ਨੰਬਰ ਸੀਰੀਜ਼ ਹੈ ਇਹਦੇ ਵਿੱਚ ਕੀ ਹੁੰਦਾ ਹੈ ਬੇਸਿਕਲੀ ਤੁਸੀਂ ਕੋਈ ਤੁਹਾਨੂੰ ਸੀਰੀਜ਼ ਦਿੱਤੀ ਹੋਏਗੀ ਉਹਨੂੰ ਤੁਸੀਂ ਕੰਪਲੀਟ ਕਰਨਾ ਹੈ ਠੀਕ ਹੈ ਸਪੋਜ਼ ਕਰਦੇ ਹਾਂ ਕਿ ਸਾਡੇ ਕੋਲ ਇੱਕ ਸੀਰੀਜ਼ ਦਿੱਤੀ ਹੋਈ ਹੈ 1 4 9 ਇੱਥੇ ਡੈਸ਼ ਆ ਜਾਏਗੀ ਠੀਕ ਹੈ ਇਹ ਆਪਾਂ ਫਾਈਂਡ ਕਰਨਾ ਹੈ ਕਿ ਕੀ ਆਏਗਾ ਇਹਦਾ ਤੇ ਉਸ ਤੋਂ ਬਾਅਦ ਇੱਥੇ ਕੀ ਹੈਗਾ 25 ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਪੈਟਰਨ ਕੀ ਬਣਦਾ ਪਿਆ ਹੈ ਸੀਰੀਜ਼ ਕਿਸ ਤਰੀਕੇ ਨਾਲ ਕੰਪਲੀਟ ਹੋਏਗੀ 1 ਦਾ ਸਕੁਅਰ 1 2 ਦਾ ਸਕੁਅਰ 4 3 ਦਾ ਸਕੁਅਰ 9 ਤੇ ਇੱਥੇ ਕੀ ਆ ਜਾਏਗਾ 4 ਦਾ ਸਕੁਅਰ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਆਪਾਂ ਜਿਹੜੇ ਨੰਬਰਸ ਨੇ ਉੰਨਾ ਸਕੁਅਰ ਕਰ ਰਹੇ ਹਾਂ ਠੀਕ ਹੈ 1 ਦਾ ਸਕੁਅਰ ਕੀਤਾ ਫਿਰ 2 ਦਾ ਸਕੁਅਰ ਕੀਤਾ 3 ਦਾ ਸਕੁਅਰ ਕੀਤਾ ਹੁਣ 4 ਦਾ ਸਕੁਅਰ ਕਰਾਂਗੇ ਇਹਦਾ ਕੀ ਆ ਗਿਆ 16 ਦੈਨ 5 ਦਾ ਸਕੁਅਰ ਕਿੰਨਾ ਆ ਜਾਏਗਾ 25 ਇਸ ਤਰੀਕੇ ਦੇ ਨਾਲ ਸਾਨੂੰ ਸੀਰੀਜ਼ ਕੰਪਲੀਟ ਕਰਨ ਦੇ ਲਈ ਕਿਹਾ ਗਿਆ ਹੈ ਜਾਂ ਕਿਹਾ ਗਿਆ ਹੋਵੇਗਾ ਤੇ ਤੁਸੀਂ ਉਹਨੂੰ ਕੰਪਲੀਟ ਕਰ ਦੇਣੀ ਹੈ ਤੇ ਇਹਦੇ ਵਿੱਚ ਕੀ ਹੈ ਤੁਹਾਡਾ ਆਪਣਾ ਲੌਜੀਕ ਵੀ ਹੋ ਸਕਦਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਕੰਪਲੀਟ ਕਰੋਗੇ ਠੀਕ ਜਿੱਦਾਂ ਹੁਣ ਮੰਨ ਲਓ ਕਿ ਮੈਂ ਇਸ ਤਰੀਕੇ ਦੇ ਨਾਲ ਵੀ ਇਹਨੂੰ ਸੋਲਵ ਕਰ ਸਕਦਾ ਹਾਂ ਕਿਉਂਕਿ ਮੇਰਾ ਲੌਜੀਕ ਹੈ ਤੁਸੀਂ ਵੀ ਇਹਨੂੰ ਸੋਲਵ ਕਰ ਸਕਦੇ ਹੋ ਜਿੱਦਾਂ ਹੁਣ 1 ਤੇ 4 ਦੇ ਵਿੱਚ ਕਿੰਨਾ ਡਿਫਰੈਂਸ ਹੈ 1 3 ਕਿੰਨਾ ਬਣ ਗਿਆ 4 4 5 ਕਿੰਨਾ ਬਣ ਗਿਆ 9 ਠੀਕ ਹੈ 9 7 ਦੇਖੋ ਦੋ ਦੋ ਜਿਹੜੇ ਵੱਧ ਰਹੇ ਨੇ ਠੀਕ ਹੈ ਪਹਿਲਾਂ 3 ਹੀ 3 ਤੋਂ ਬਾਅਦ 5 5 ਤੋਂ ਬਾਅਦ 7 ਕਿੰਨਾ ਆ ਗਿਆ ਇਹਦਾ 16 ਠੀਕ ਹੈ 16 ਦੇ ਵਿੱਚ 9 ਐਡ ਕੀਤਾ ਕਿੰਨਾ ਆ ਜਾਏਗਾ ਸਾਡਾ 25 ਹੁਣ ਤੁਸੀਂ ਦੇਖੋਗੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਸੀਰੀਜ਼ ਜਿਹੜੀ ਹੈ ਕੰਪਲੀਟ ਕਰ ਸਕਦੇ ਜੀ ਇਸ ਤਰੀਕੇ ਦੇ ਨਾਲ ਵੀ ਤੁਸੀਂ ਸੀਰੀਜ਼ ਕੰਪਲੀਟ ਕਰ ਸਕਦੇ ਜੀ 1 ਤੇ 3 ਦੇ ਵਿੱਚ 4 ਦੇ ਵਿੱਚ 3 ਦਾ ਡਿਫਰੈਂਸ ਹੀ ਫਿਰ 5 ਦਾ ਡਿਫਰੈਂਸ ਹੋਇਆ ਫਿਰ 7 ਦਾ ਡਿਫਰੈਂਸ ਹੋਇਆ ਫਿਰ 9 ਦਾ ਡਿਫਰੈਂਸ ਹੋਇਆ ਕਿ ਇਹਦੇ ਵਿੱਚ ਕੀ ਤੁਹਾਡਾ ਆਪਣਾ ਲੌਜੀਕ ਜਿਹੜਾ ਹੈ ਉਹ ਪੇਪਰ 'ਚ ਕੰਮ ਆਏਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰੋਬਲਮ ਦਿੱਤੀ ਹੈ ਤੁਹਾਨੂੰ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਸੋਲਵ ਕਰ ਸਕਦੇ ਜੀ ਕੋਈ ਵੀ ਇਹਦੇ ਵਿੱਚ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਮਤਲਬ ਜੇ ਕਿਸੇ ਸਟੂਡੈਂਟ ਨੇ ਇਸ ਮੈਥਡ ਦੇ ਨਾਲ ਕਰਨਾ ਉਹਦਾ ਵੀ ਮਤਲਬ 16 ਹੀ ਆਏਗਾ ਜੇ ਕੋਈ ਸਟੂਡੈਂਟ ਇਸ ਤਰੀਕੇ ਨਾਲ ਸੀਰੀਜ਼ ਕੰਪਲੀਟ ਕਰ ਰਿਹਾ ਹੈ ਤੇ ਉਹਦਾ ਵੀ 16 ਹੀ ਆਏਗਾ ਉਹਦਾ ਵੀ 16 ਹੀ ਆਏਗਾ ਤੇ ਕੁਝ ਪ੍ਰੈਕਟਿਸ ਦੇ ਕੁਐਸਚਨ ਤੁਹਾਨੂੰ ਮੈਂ ਕਰਵਾਉਂਦਾ ਹਾਂ ਕੁਝ ਕੁਐਸਚਨਸ ਹੈਗੇ ਨੇ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਇਹ ਥੋੜਾ ਡਾਊਟ ਕਲੀਅਰ ਹੋ ਜਾਏਗਾ ਕਿ ਆਪਾਂ ਨੰਬਰ ਸੀਰੀਜ਼ ਨੂੰ ਕਿਸ ਤਰੀਕੇ ਦੇ ਨਾਲ ਸ਼ੁਰੂ ਆਪਣਾ ਸੋਲਵ ਕਰਾਂਗੇ ਹੁਣ ਇਹਦੇ ਵਿੱਚ ਕੀ ਹੈ ਅਜੇ ਪਾਰਟ 1 ਨੇ ਠੀਕ ਹੈ ਇਹ ਚ ਕੋਈ ਪ੍ਰੋਬਲਮਸ ਕਰਵਾਵਾਂਗਾ ਫਿਰ ਡਿਫਰੈਂਟ ਆਇਆ ਮਤਲਬ ਇਹਦੇ ਵਿੱਚ ਕੀ ਆ ਕਿ ਇੱਕ ਸੀਰੀਜ਼ ਕੰਪਲੀਟ ਕਰਨਾ ਹੁੰਦਾ ਹੈ ਇੱਕ ਦੇ ਵਿੱਚ ਆਪਾਂ ਸੀਰੀਜ਼ ਦਿੱਤੀ ਹੁੰਦੀ ਹੈ ਉਹਦੇ ਵਿੱਚ ਆਪਾਂ ਉਹ ਨੰਬਰ ਲੱਭਣਾ ਹੁੰਦਾ ਹੈ ਜਿਹੜਾ ਸੀਰੀਜ਼ ਦੇ ਨਾਲ ਰਿਲੇਟਡ ਨਹੀਂ ਹੈਗਾ ਜਿਹੜਾ ਸੀਰੀਜ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਓਕੇ ਜਿੱਦਾਂ ਮੰਨ ਲਓ ਹੁਣ ਇਹ ਹੀ 1 4 9 ਤੇ ਇੱਥੇ ਆ ਜਾਂਦਾ 17 ਤੇ ਫਿਰ ਆ ਜਾਂਦਾ 25 ਹੁਣ ਜੇ ਸੀਰੀਜ਼ ਕੰਪਲੀਟ ਕਰਾਂਗੇ ਤੇ ਇਹਦੇ ਵਿੱਚ ਕੀ ਜਿਹੜਾ 17 ਹੋਣਾ ਹੀ ਉਹ ਔਡ ਨੰਬਰ ਹੋਣਾ ਹੈ ਠੀਕ ਹੈ ਇਸੇ ਤਰੀਕੇ ਦੇ ਨਾਲ ਅੱਜ ਪਾਰਟ 1 ਕਰਾਂਗੇ ਨੈਕਸਟ ਲੈਕਚਰ ਦੇ ਵਿੱਚ ਫਿਰ ਮੈਂ ਪਾਰਟ 2 ਤੁਹਾਨੂੰ ਕਰਵਾਵਾਂਗਾ ਠੀਕ ਹੁਣ ਸਟਾਰਟ ਕਰਦੇ ਹਾਂ ਇੱਕ ਸੀਰੀਜ਼ ਦਿੱਤੀ ਹੋਈ ਆ 100 200 ਐਂਡ 310 ਹੁਣ ਇਹਦੇ ਵਿੱਚ ਕੀ ਹੈ ਆਪਾਂ ਡਿਫਰੈਂਸ ਵੇਖ ਲੈ ਡਿਫਰੈਂਸ ਕਿੰਨਾ ਹੈ ਤੁਹਾਡਾ 90 ਦਾ ਠੀਕ ਹੈ 10 ਦੇ ਵਿੱਚ 90 ਆਪਾਂ ਜੋੜੇ ਕਿੰਨਾ ਆ ਗਿਆ ਸਾਡੇ ਕੋਲ 100 100 ਦੇ ਵਿੱਚ ਹੁਣ ਅੱਗੇ ਵੇਖੋ 100 ਤੇ 200 ਦੇ ਵਿੱਚ ਕਿੰਨਾ ਡਿਫਰੈਂਸ ਹੈ 100 ਦਾ ਇਹ ਚ ਫਿਰ 100 ਐਡ ਕੀਤਾ ਕਿੰਨਾ ਆ ਗਿਆ 200 ਹੁਣ ਤੁਸੀਂ ਦੇਖੋ ਇਹਦੇ ਵਿੱਚ ਕਿੰਨਾ ਐਡ ਕੀਤਾ ਹੈ 110 ਠੀਕ ਹੈ 200 110 ਕਿੰਨਾ ਆ ਜਾਏਗਾ 310 ਹੁਣ ਓਬਵੀਅਸ ਦਾਦਾ ਸਵਾਦ ਦੇ ਪਏ ਨੇ ਠੀਕ ਹੈ 90 ਫਿਰ 100 ਹੋਇਆ ਫਿਰ 110 ਹੋਇਆ ਨੈਕਸਟ ਕੀ ਆਏਗਾ 120 ਆਏਗਾ ਨੈਕਸਟ ਕੀ ਆਏਗਾ 120 310 120 ਕਿੰਨਾ ਆ ਜਾਏਗਾ 400 ती ए आंसर कि आ गया चार सौ ती डी ऑप्शन ए जी है, करैक्ट है। नैक्सट की ये, हुन आपा ये है चौदह सौ अठत्ती चौदह सौ उन्नती चौदह सौ सतारा चौदह सौ भी हूँ आप देखना है कि इतने की नंबर आ है हूँ माइनस करके देखिए क्योंकि वेखो अठत्ती तो पहला उन्ती आएगा इस करके माइनस कि आ गया नौ ठीक है चौदह सौ अठत्ती माइनस चौदह सौ कि डिफरेंस निकला आया ਨੋਂ ਦਾ ਡਿਫਰੈਂਸ ਨਿਕਲ ਆਇਆ ਹੁਣ 29 ਤੇ 17 ਦੇ ਵਿੱਚ ਕਿੰਨਾ ਡਿਫਰੈਂਸ ਹੈ ਜੇ ਆਪਾਂ ਦੇਖੀਏ 1429 1417 ਕਿੰਨਾ ਡਿਫਰੈਂਸ ਹੈ 12 ਦਾ ਨੈਕਸਟ ਤੁਸੀਂ ਵੇਖੋ 17 ਤੇ 2 ਦੇ ਵਿੱਚ ਕਿੰਨਾ ਡਿਫਰੈਂਸ ਹੈ 1417 1402 ਕਿੰਨਾ ਡਿਫਰੈਂਸ ਹੈ 15 ਦਾ ਠੀਕ ਹੈ ਹੁਣ ਵੇਖੋ ਤਿੰਨ ਤਿੰਨ ਦਾ ਜਿਹੜਾ ਵਾ ਉਹ ਵਧਦੇ ਪਏ ਨੇ ਜਿੱਦਾਂ ਜਿੱਦਾਂ ਡਿਫਰੈਂਸ ਜਿਹੜਾ ਵਾ ਉਹ ਤਿੰਨ ਤਿੰਨ ਦੇ ਨਾਲ ਵਧ ਹੀ ਜਾ ਰਿਹਾ ਹੈ ਠੀਕ ਹੈ ਇਹਦੇ ਜੀ ਵੀ ਤਿੰਨ ਐਡ ਐਡ ਕਰਾਂਗੇ ਇਹ ਚ ਵੀ ਤਿੰਨ ਐਡ ਹੋਏ 15 ਹੋ ਗਿਆ ਹੁਣ ਕੀ ਆ ਜਾਏਗਾ 18 ਹੁਣ 18 ਇਹਦੇ ਵਿੱਚੋਂ ਆਪਾਂ 1402 ਦੇ ਵਿੱਚੋਂ 18 ਮਾਈਨਸ ਕਰਾਂਗੇ ਕਿੰਨਾ ਆ ਜਾਏਗਾ 1384 অপਸ਼ਨ ਬੀ ਜਿਹੜੀ ਆ ਉਹ ਤੁਹਾਡੀ ਕਰੈਕਟ ਹੋਏਗੀ ਨੈਕਸਟ ਇਹਦੇ ਵਿੱਚ ਦੇਖੋ 18 24 21 27 ਠੀਕ ਹੈ ਇਹ ਕੁਐਸਚਨ ਮਾਰ ਕੇ ਇਹਨੂੰ ਆਪਾਂ ਫਾਈਂਡ ਕਰਨਾ ਹੈ 30 ਤੇ 27 ਹੁਣ 18 ਇਹਦੇ ਵਿੱਚੋਂ ਦੋ ਸੀਰੀਜ਼ ਬਣਦੀਆਂ ਪਈਆਂ ਨੇ ਠੀਕ ਹੈ 18 24 ਇੱਕ ਸੀਰੀਜ਼ ਬਣਦੀ ਪਈ ਜੇ 18 21 ਆ ਦੇਖੋ 18 21 18 ਦੇ ਵਿੱਚ ਤਿੰਨ ਐਡ ਕੀਤੇ 21 ਬਣ ਗਿਆ 21 'ਚ ਤਿੰਨ ਐਡ ਕਰਾਂਗੇ 24 ਬਣ ਜਾਏਗਾ ਕਿੰਨਾ ਆ ਗਿਆ 24 24 'ਚ ਤਿੰਨ ਐਡ ਹੋਏ 27 ਸਿਮਿਲਰਲੀ 24 ਤੇ 3 27 ਤੇ 3 30 ਓਕੇ ਇਹਦਾ ਆਨਸਰ ਕਿੰਨਾ ਆਏਗਾ 24 ਆ ਜਾਏਗਾ 24 ਸੀ ਆਪਸ਼ਨ ਆਏਗੀ ਇਹਦੀ ਨੈਕਸਟ ਹੈ 25 50 30 45 35 40 ਜੇ ਆਪਾਂ ਦੇਖੀਏ ਕਿ ਇਹਦਾ ਅਧੇ ਬਟ ਇੱਥੇ ਕੋਈ ਕਿਸੇ ਵੀ ਤਰੀਕੇ ਦਾ ਰਿਲੇਸ਼ਨ ਹੀ ਨਹੀਂ ਬਣਨਾ ਠੀਕ ਹੈ ਇੱਥੇ ਕੀ ਹੋ ਰਿਹਾ ਇੱਥੇ ਵੀ ਦੋ ਸੀਰੀਜ਼ ਨੇ ਇਹ ਵੱਧਦਾ ਪਿਆ ਨੰਬਰ ਠੀਕ ਹੈ ਇਹਦੇ ਵਿੱਚ 5 ਐਡ ਕੀਤੇ 25 50 30 45 35 40 ਇਨ ਨੂੰ ਇਸੇ ਫਾਈਂਡ ਕਰਨਾ 25 5 30 30 5 35 35 5 ਕਿੰਨਾ ਹੋਏਗਾ ਕੁਐਸਚਨ ਮਾਰਕ ਹੀ 35 5 ਕਿੰਨਾ ਆ ਜਾਏਗਾ 40 ਇੱਥੇ ਕਿੰਨਾ ਆਉਣਾ ਚਾਹੀਦਾ ਹੈ 40 ਦੂਜੀ ਸੀਰੀਜ਼ ਕੀ ਹੀ 5 5 ਮਾਈਨਸ ਹੋ ਰਹੇ ਨੇ 50 5 45 45 5, 5, 5 40 ਓਕੇ okay. ਇੱਕ ਦੋ ਸੀਰੀਜ਼ ਬਣ ਗਈ ਹੈ ਨਾ ਇੱਕ ਚ ਵਾਧਦੇ ਪਏ ਇੱਕ ਚ ਘਟਦੇ ਪਏ ਅਨਸਰ ਕੀ ਆ ਜਾਏਗਾ ਸਾਡਾ 40 ਆ ਜਾਏਗਾ 40 ਜਿਹੜਾ ਅਨਸਰ ਹੋਏਗਾ ਹੁਣ 2460 3570 4680 ਮਤਲਬ ਇਹ ਜਿਹੜੀ ਪ੍ਰੋਬਲਮ ਹੀ ਬੜੀ ਮਤਲਬ ਕਹਿ ਲਓ ਕਿ ਵੱਡਾ ਨੰਬਰ ਦੀ ਆਈ ਹੈ ਇਹਨੂੰ ਆਪਾਂ ਕਿੱਦਾਂ ਸੋਲਵ ਕਰ ਸਕਦੇ ਹਾਂ ਇਹਦੇ ਵਿੱਚ ਵੀ ਅਹੀ ਪੈਟਰਨ ਲੱਭਣ ਦੀ ਕੋਸ਼ਿਸ਼ ਕਰਨੀ ਹੈ ਇਹ ਚ ਪੈਟਰਨ ਕੀ ਬਣਦਾ ਪਿਆ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਫਰਸਟ ਡਿਜੀਟ ਵੇਖੀਏ ਠੀਕ ਹੈ ਫਸਟ ਦੇ ਵਿੱਚ ਕੀ ਹੋ ਰਿਹਾ ਪਹਿਲਾ 2 ਆਇਆ ਫਿਰ 3 ਆਇਆ ਫਿਰ 4 ਆਇਆ ਸੈਕੰਡ ਡਿਜੀਟ ਵੇਖੀਏ 4 ਆਇਆ 5 ਤੇ ਉਸ ਤੋਂ ਬਾਅਦ ਕੀ ਆ ਗਿਆ 6 ਥਰਡ ਡਿਜੀਟ ਵੇਖੀਏ 6 7 ਤੇ 8 0 ਐਜ਼ ਇਟ ਇਜ਼ ਹੀ ਰਹਿੰਦੀ ਹੈ ਹੁਣ ਉਸੇ ਤਰੀਕੇ ਦੇ ਨਾਲ 4 ਤੋਂ ਬਾਅਦ 5 ਆਉਣਾ ਚਾਹੀਦਾ ਹੈ 5 ਤੋਂ ਬਾਅਦ 6 ਤੋਂ ਬਾਅਦ 7 ਆਉਣਾ ਚਾਹੀਦਾ ਤੇ 8 ਤੋਂ ਬਾਅਦ 9 ਆਉਣਾ ਚਾਹੀਦਾ ਇਹਦਾ ਜਿਹੜਾ ਆਨਸਰ ਹੀ ਉਹ ਕਿੰਨਾ ਆਏਗਾ 5790 ਨੈਕਸਟ ਦੇਖੋ 77 14 79 16 8109 ਹੁਣ ਦੇਖਣ ਨੂੰ ਸਵਾਲ ਕਾਫੀ ਟਫ ਲੱਗਦੇ ਨੇ ਐਡੀ ਵੱਡਾ ਨੰਬਰ ਆ ਜੇ ਐਡੀ ਵੀ ਡੀ ਸੰਖਿਆ ਆ ਜੇ ਤੇ ਇਦਾਂ ਲੱਗੇਗਾ ਕਿ ਮਤਲਬ ਵੀ ਇਹ ਹੋਣਾ ਨਹੀਂ ਹੈ ਸਾਡੇ ਬਟ ਐਕਚੁਅਲ 'ਚ ਇਦਾਂ ਨਹੀਂ ਹੁੰਦਾ ਤੁਸੀਂ ਦੇਖਣਾ ਹੈ ਕਿ ਇਹਨੂੰ ਆਪਾਂ ਕਿਸ ਤਰੀਕੇ ਨਾਲ ਸੋਲਵ ਕਰ ਸਕਦੇ ਆ ਤੇ ਇਹਨੂੰ ਇਜ਼ੀ ਵੇ ਦੇ ਨਾਲ ਹੀ ਸੋਚਣਾ ਹੈ ਹੁਣ ਜੇ ਆਪਾਂ ਫਰਸਟ 2 ਨੰਬਰ ਵੇਖੀਏ ਇਹਦੇ 7 7 ਕਿੰਨੇ ਬਣਦੇ ਪਏ ਆ 14 70 14 ओके 7 प्लस 9 ਠੀਕ ਹੈ 7 9 ਕਿੰਨੇ ਬੰਦੇ ਪਏ 16 9 16 ਠੀਕ ਹੈ ਪਹਿਲੇ ਦੋ ਨੂੰ ਪਲੱਸ ਕਰਕੇ ਆਖਰੀ ਵਾਲੇ ਜਿਹੜੇ ਡਿਜੀਟ ਆ ਰਹੇ ਨੇ ਠੀਕ ਹੈ ਦੋ ਡਿਜੀਟ ਜਿਹੜੇ ਪਹਿਲੇ ਦੋ ਡਿਜੀਟ ਜਿਹੜੇ ਪਲੱਸ ਹੋ ਗਏ ਫਿਰ ਆਖਰੀ ਪਾਰ ਨੰਬਰ ਆ ਰਿਹਾ ਹੈ 8 1 ਕਿੰਨਾ ਆ ਗਿਆ 09 ਹੁਣ ਇਥੇ ਸੰਖਿਆ ਕੋਈ ਨਹੀਂ ਦਿੱਤੀ ਪੈਟਰਨ ਕੋਈ ਨਹੀਂ ਬਣਿਆ ਇੱਥੇ ਤੁਸੀਂ ਕੀ ਦੇਖ ਸਕਦੇ ਜੀ ਕਿ ਆਪਾਂ 11 ਲਿਉਣਾ ਹੈ ਕਿ ਇਹਦੇ ਵਿੱਚ 11 ਬੰਦਾ ਪਿਆ ਹੈ 8 3 11 ਇਹ ਆਪਸ਼ਨ ਆਏਗੀ ਕਿਉਂਕਿ 8 3 12 ਨਹੀਂ ਹੁੰਦਾ ਨਾ ਹੀ 8 5 9 ਹੁੰਦਾ ਹੈ ਤੇ ਨਾ ਹੀ 8 5 15 ਹੁੰਦਾ ਹੈ ਇਸ ਕਰਕੇ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਕੀ ਹੈ 83 11 ਨੈਕਸਟ ਆ ਗਿਆ 57 60 960 48 ਫਿਰ 16 ਤੇ ਫਿਰ ਕੀ ਆ ਜਾਏਗਾ 8 ਇਦੇ ਵਿੱਚ ਕੀ ਕੀਤਾ ਏ 5760 ਨੂੰ 5760 ਨੂੰ 6 ਦੇ ਨਾਲ ਡਿਵਾਈਡ ਕੀਤਾ ਠੀਕ ਹੈ ਕਰਕੇ ਦੇਖਿਓ ਕਿੰਨਾ ਆ ਜਾਏਗਾ 960 ਆ ਜਾਏਗਾ ਬਾਅਦ ਚ 960 ਨੂੰ 5 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਜਾਏਗਾ 192 ਫਿਰ 192 ਨੂੰ 4 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਜਾਏਗਾ 48 ਫਿਰ 48 ਨੂੰ 3 ਦੇ ਨਾਲ ਡਿਵਾਈਡ ਕੀਤਾ ਪਹਿਲਾਂ 6 ਹੀ ਫਿਰ 5 ਹੀ ਫਿਰ 4 ਹੀ ਫਿਰ ਕਿੰਨਾ ਆ ਜਾਏਗਾ 3 ਕਿੰਨਾ ਆ ਜਾਏਗਾ 16 ਫਿਰ 16 ਨੂੰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਜਾਏਗਾ 8 ਇਹਦਾ ਮਤਲਬ ਕੀ ਹੈ ਜਿਹੜਾ ਮਿਸਿੰਗ ਨੰਬਰ ਹੀ ਉਹ ਕਿੰਨਾ ਹੋਏਗਾ 192 3 15 35 ਤੇ 63 ਠੀਕ ਹੈ ਹੁਣ ਇਹਨੂੰ ਸੋਲਵ ਕਰਨਾ ਹੈ ਇਚੂਣ ਕੀ ਪੈਟਰਨ ਬਣੇਗਾ ਇਹ ਅਸੀਂ ਦੇਖਣਾ ਹੈ ਕਿ ਇਸ ਤਰੀਕੇ ਦੇ ਨਾਲ ਇਹਨੂੰ ਸੋਲਵ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਕੀ ਆ 3 15 ਦੇ ਵਿੱਚੋਂ 3 ਮਾਈਨਸ ਕਰੀਏ ਕਿੰਨਾ ਆ ਜਾਏਗਾ 12 ਹੁਣ 35 ਦੇ ਵਿੱਚੋਂ 15 ਮਾਈਨਸ ਕਰੀਏ ਕਿੰਨਾ ਆ ਜਾਏਗਾ 20 ਹੁਣ 63 ਦੇ ਵਿੱਚੋਂ 35 ਮਾਈਨਸ ਕਰੀਏ ਕਿੰਨਾ ਆ ਜਾਏਗਾ 28 ਓਕੇ ਹੁਣ ਦੇਖੋ ਇਹਦੇ ਵਿੱਚ ਕਾਮਨ ਚੀਜ਼ ਕੀ ਹੈ ਇਹਨਾਂ ਦੇ ਵਿੱਚ ਜਿਹੜੇ ਨੰਬਰ ਵੱਧੇ ਪਏ ਨੇ ਉਹਨਾਂ ਦੇ ਵਿੱਚ 8 8 ਐਡ ਹੋ ਰਹੇ ਨੇ ਇਹਦਾ ਮਤਲਬ ਵਿੱਚ ਵੀ 8 ਕਰ ਦਿਓ ਨੈਕਸਟ ਜਿਹੜਾ ਵਾ ਇਸ ਨੰਬਰ ਦੇ ਵਿੱਚ ਤੁਸੀਂ ਕਿੰਨਾ ਐਡ ਕਰੋਗੇ 36 ਕਰੋਗੇ 12 8 20 8 28 28 ਦੇ 8 36 ਜੇ ਤੁਸੀਂ 63 ਦੇ ਵਿੱਚ 36 ਐਡ ਕਰਦੇ ਜੇ ਕਿੰਨਾ ਆ ਜਾਏਗਾ 99 ਅਨਸਰ ਠੀਕ ਹੈ ਸੀ ਜਿਹੜੀ ਆਪਸ਼ਨ ਵਾ ਉਹ ਕਰੈਕਟ ਆਪਸ਼ਨ ਹੈ ਨੈਕਸਟ ਆ ਗਿਆ 2 5 9 19 ਐਂਡ 37 ਹੁਣ ਇਦਾਂ ਦੇ ਕਈ ਕਨਫਿਊਜ਼ਨ ਵਾਲੇ ਸਵਾਲ ਆ ਜਾਂਦੇ ਇਹ ਸੋਚਣਾ ਪੈਣਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਸੋਲਵ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਕੀ ਇਹ 2 2 1 ਕੀਤਾ ਠੀਕ ਹੈ ਪਹਿਲਾਂ 1 1 ਕੀਤਾ ਨਾ 1 1 1 ਕੀਤਾ ਕਿੰਨਾ ਆ ਗਿਆ 2 ਫਿਰ 2 2 1 ਕੀਤਾ ਠੀਕ ਹੈ ਇੱਥੋਂ ਤੁਸੀਂ ਸਟਾਰਟ ਹੋ ਜੋ ਇਹ ਆਪਣਾ 2 2 1 ਇੱਥੋਂ ਆਪਾਂ ਸਟਾਰਟ ਕਰਨਾ ਓਕੇ ਇਹ 2 ਕਿੰਨਾ ਆ ਜਗਾ 5 ਨੈਕਸਟ 5 2 माइनस वन कि आ नाइन ठीक है इतों ही सल जाता सवाल सही डायरेक्शन से जा रहा कि नहीं जा रहा नाइन इंटू टू प्लस वन कि आ जाएगा ठीक है अठारह प्लस एक उन्नी उन्नी गुणा दो माइनस एक कि आ गया सैंती सैंती गुणा दो चुहत्तर प्लस एक कि आ जाएगा पचहत्तर इस करके सही आंसर की आएगा सावनटी फाइव ਠੀਕ ਹੈ ਇਥੋਂ ਸਾਨੂੰ ਪਤਾ ਚੱਲ ਗਿਆ ਹੀ ਕਿ ਆਪਾਂ 2 ਤੋਂ ਸਟਾਰਟ ਕਰਕੇ ਫੇਰ ਅੱਗੇ-ਅੱਗੇ ਸਾੜੀ ਕੋ ਚੱਲੇ ਆ ਨੰਬਰ ਕਿਉਂਕਿ 2 ਹੀ ਫੇਰ ਆਪਾਂ ਨੈਕਸਟ ਨੰਬਰ ਆਇਆ ਨਾ 2 ਤੋਂ ਇਸ ਕਰਕੇ ਕੀ ਆਪਾਂ 2 ਤੋਂ ਹੀ ਇਹਨੂੰ ਸਟਾਰਟ ਕੀਤਾ ਹੈ ਨੈਕਸਟ ਆ ਗਿਆ 0 ਡੈਸ਼ 8 15 24 ਇਹ ਚốn ਨੰਬਰ ਦੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਆਪਾਂ ਸੋਲਵ ਕਰ ਸਕਦੇ ਹਾਂ 0 3 ਇਹ ਤੇ 3 ਆ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਕੀ ਐਡ ਹੋ ਜਣਾ ਨੈਕਸਟ 5 ਕਰਾਂਗੇ 3 ਦੇ ਵਿੱਚ ਐਡ ਕਿੰਨਾ ਆ ਗਿਆ 8 8 ਦੇ ਵਿੱਚ ਫਿਰ ਕਿੰਨਾ ਐਡ ਹੋਏਗਾ 7 ਕਿੰਨਾ ਆ ਜਾਏਗਾ 15 ਤੇ 15 ਦੇ ਵਿੱਚ ਕਿੰਨਾ ਐਡ ਕਰਾਂਗੇ ਆਪਾਂ 9 ਕਿੰਨਾ ਆ ਜਾਏਗਾ 24 ਜਿਸ ਕਰਕੇ ਕੀ ਇਹਦਾ ਅਨਸਰ ਆਏਗਾ ਜਿਹੜੀ ਮਿਸਿੰਗ ਨੰਬਰ ਹੀ ਉਹ ਕਿਹੜਾ ਹੀ 3 ਬੀ ਅਨਸਰ ਜਿਹੜਾ ਵਾ ਉਹ ਸਾਡਾ ਸਹੀ ਅਨਸਰ ਹੈ 10 22 46 94 ਇਸ ਕੇਸ ਦੇ ਵਿੱਚ ਕੀ ਕਰਾਂਗੇ ਆਪਾਂ 10 ਨੂੰ 2 ਦੇ ਨਾਲ ਮਲਟੀਪਲਾਈ ਕੀਤਾ ਤੇ 2 ਪਲੱਸ ਕੀਤਾ ਕਿੰਨਾ ਆ ਗਿਆ ਸਾਡੇ ਕੋਲ 22 ਆ ਗਿਆ ਫਿਰ 22 ਨੂੰ 2 ਨਾਲ ਮਲਟੀਪਲਾਈ ਕੀਤਾ ਪਲੱਸ 2 ਕੀਤਾ ਕਿੰਨਾ ਆ ਗਿਆ 46 ਓਕੇ ਕਿੰਨਾ ਆ ਜਾਏਗਾ 46 ਫਿਰ 46 ਨੂੰ 2 ਨਾਲ ਮਲਟੀਪਲਾਈ ਕਰਾ ਕੇ 2 ਐਡ ਕਰਦਾ ਕਿੰਨਾ ਆ ਜਾਏਗਾ 94 ਠੀਕ ਹੈ 92 2 94 94 ਗੁਣਾ 2 प्लस दो कितना आ जाएगा एक सौ नब्बे सही आंसर की है एक सौ नब्बे एक सौ दस एक सौ बत्ती डिफरेंस हूँ देखना पैना एक सौ बत्ती माइनस एक सौ दस कि डिफरेंस है बाई का ठीक है नैक्सट देखिए हूँ एक सौ छपुंजा माइनस एक सौ बत्ती कि डिफरेंस है चौबीस का नैक्सट देखिए ਨੈਕਸਟ ਨੰਬਰ ਸਾਡੇ ਕੋਲ ਹੈ ਕੋਈ ਨਹੀਂ ਹੈ ਓਕੇ ਆਪਾਂ ਹੁਣ ਇੱਥੋਂ ਕੀ ਸਾਨੂੰ ਆਈਡੀਆ ਆ ਕਿ ਇਹ ਨੰਬਰ ਜਿਹੜਾ ਦੋ ਦੋ ਜਿਹੜਾ ਇਨਕਰੀਜ਼ ਹੋ ਰਿਹਾ ਹੈ ਠੀਕ ਹੈ ਦੋ ਦੋ ਜਿਹੜਾ ਵਾ ਉਹ ਨੰਬਰ ਜਿਹੜਾ ਵੱਧਦਾ ਪਿਆ ਹੈ 24 ਤੋਂ 22 ਤੋਂ 24 ਹੋਏ 24 ਤੋਂ 26 ਆਪਾਂ ਕਰ ਲਈਏ 26 ਕਰਨ ਵਾਸਤੇ ਸਾਨੂੰ ਕੀ ਚਾਹੀਦਾ ਹੈ ਕਿ ਆਪਾਂ 52 ਦੇ ਵਿੱਚ 26 ਐਡ ਕਰੀਏ 152 ਦੇ ਵਿੱਚ ਜੇਕਰ ਆਪਾਂ 26 ਐਡ ਕਰਦੇ ਹਾਂ ਉਹ ਕਿੰਨਾ ਭਾਂਜੇਗਾ 182 182 182 ਦੇ ਵਿੱਚ ਉਸ 156 ਮਾਈਨਸ ਕੀਤੀ ਹੈ ਕਰੀਏ ਤਾਂ 26 ਆ ਜਾਂਦਾ ਹੈ ਓਕੇ ਫਿਰ ਹੁਣ ਇਹਨੂੰ ਆਨਸਰ ਨੂੰ ਵੈਰੀਫਾਈ ਕਰਨ ਦੇ ਲਈ ਆਪਾਂ ਇਹ 210 182 ਕਰਾਂਗੇ ਠੀਕ ਹੈ ਇਹ ਕਿੰਨਾ ਆ ਜਾਏਗਾ 28 ਆ ਜਾਏਗਾ ਇਹਦਾ ਮਤਲਬ ਜਿਹੜਾ ਸਾਡਾ ਆਨਸਰ ਹੈ ਬਿਲਕੁਲ ਸਹੀ ਹੈ ਆਨਸਰ ਕਿੰਨਾ ਆਏਗਾ ਸਾਡਾ 26 ਵਾਲਾ ਠੀਕ ਹੈ ਤੇ ਇਹ ਮਿਸਿੰਗ ਨੰਬਰ ਕਿੰਨਾ ਹੋਏਗਾ ਸਾਡਾ 182 12248 ਨੂੰ ਇਹਨੂੰ ਕਿਸ ਤਰੀਕੇ ਨਾਲ ਸੋਲਵ ਕਰਾਂਗੇ 1 2 2 4 8 ਨੈਕਸਟ ਨੰਬਰ ਕੀ ਹੈ ਇਹਦੇ ਵਿੱਚ ਵੀ ਦੋ ਸੀਰੀਜ਼ ਬਣਦੀਆਂ ਪਈਆਂ ਨੇ ਠੀਕ ਹੈ ਇਹਨੂੰ ਆਪਾਂ 2 ਦੇ ਨਾਲ ਮਲਟੀਪਲਾਈ ਕੀਤਾ ਥੈਨ ਅਸੀਂ 4 ਦੇ ਨਾਲ ਮਲਟੀਪਲਾਈ ਕਰਤਾ ਠੀਕ ਹੈ 1 2 2 ਤੇ 4 2 8 4 ਨੂੰ ਆਪਾਂ 2 ਦੇ ਨਾਲ ਮਲਟੀਪਲਾਈ ਕੀਤਾ ਤੇ ਕਿੰਨਾ ਆ ਜਾਏਗਾ 8 ਆ ਜਾਏਗਾ ਇਹਨੂੰ ਵੀ ਉਸ ਤਰ੍ਹਾਂ ਹੀ ਕਰੀਏ ਇਨ ਨੂੰ ਜੇ ਆਪਾਂ ਸਿਨੂਲਰ ਵੇ ਦੇ ਨਾਲ ਕਰਦੇ ਹਾਂ ਕੀ ਆ ਜਾਏਗਾ 2 4 ਆ ਗਿਆ ਤੇ ਇੱਥੇ ਫਿਰ ਸਾਨੂੰ ਜੇ ਆਪਾਂ 4 ਨੂੰ 4 ਦੇ ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਏਗਾ 16 ਕਿੰਨਾ ਆ ਜਾਏਗਾ 16 ਸੀ ਅਨਸਰ ਜਿਹੜਾ ਵਾ ਉਹ ਕਰੈਕਟ ਅਨਸਰ ਹੈ ਠੀਕ ਹੈ 152 28 16 ਐਂਡ 10 ਹੁਣ ਇੱਥੇ ਕਰਨ ਕੀ ਦੇ ਨੇ 100 ਨੂੰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 50 ਤੇ 50 ਦੇ ਵਿੱਚ 2 ਐਡ ਕਰਤੇ ਕਿੰਨਾ ਆ ਜਾਏਗਾ 52 ਫਿਰ 52 ਨੂੰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 26 ਉੱਚ ਫਿਰ 2 ਐਡ ਕਰਤੇ ਕਿੰਨਾ ਆ ਗਿਆ 28 ਸਹੀ ਆ ਰਿਹਾ ਹੈ ਓਕੇ ਨੈਕਸਟ ਫਿਰ 28 ਨੂੰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 14 2 ਕਿੰਨਾ ਆ ਜਾਏਗਾ ਇਹਦਾ 16 ਠੀਕ ਹੈ 16 ਨੂੰ ਫਿਰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 8 2 ਕੀਤਾ ਕਿੰਨਾ ਆ ਜਾਏਗਾ 10 10 ਨੂੰ ਫਿਰ 2 ਦੇ ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ 5 2 7 ਠੀਕ ਹੈ ਇਹਦਾ ਅਨਸਰ ਕੀ ਹੈ b 7 ਓਕੇ ਹੁਣ ਇਹਦੇ ਵਿੱਚ ਬੜੀ ਆਸਾਨ ਜੀ ਸੀਰੀਜ਼ ਹੈ ਇਹ ਆਪਾਂ ਪਹਿਲਾਂ ਆਲਰੇਡੀ ਕਰ ਵੀ ਚੁੱਕੇ ਹਾਂ ਫਿਰ ਕਰ ਲੈਣੇ ਆ 2 ਚ 3 ਐਡ ਕੀਤੇ 5 ਆ ਗਿਆ ਠੀਕ ਹੈ 2 5 10 ਸਤਾਰਾ 26 37 50 ਤੇ ਇਹਦਾ ਕੀ ਹੈ ਕੁਸ਼ਚਨ ਮਾਰਕ ਇਹ ਚ ਕਿੰਨੇ ਐਡ ਹੋਗੇ 3 ਇਹ ਚ ਕਿੰਨੇ ਐਡ ਹੋਗੇ 5 ਇਹਦੇ ਵਿੱਚ ਕਿੰਨੇ ਐਡ ਹੋਗੇ 7 ਇਹ ਚ ਕਿੰਨੇ ਐਡ ਹੋਗੇ 9 17 9 26 ਇਹ ਚ ਕਿੰਨੇ ਐਡ ਹੋ ਜਾਣਗੇ 11 ਇਹ ਚ ਕਿੰਨੇ ਐਡ ਹੋਗੇ 13 ਤੇ ਇਹ ਚ ਕਿੰਨੇ ਐਡ ਕਰਾਂਗੇ ਆਪਾਂ 15 ਕਰ ਦਾਂਗੇ 15 15 ਨੂੰ ਜੇ ਇਹਦੇ ਵਿੱਚ ਐਡ ਕੀਤਾ ਕਿੰਨਾ ਹੋ ਜੇਗਾ ਇਹ 65 ਇਹਦਾ ਆਨਸਰ ਕੀ ਹੈ ਬੀ 65 ਨੈਕਸਟ ਕੀ ਹੈ 0 2 6 12 ਕੁਐਸਚਨ ਮਾਰਕ ਕੀ ਆਏਗਾ ਆਪਾਂ ਇਸ ਇਸ ਜਗ੍ਹਾ ਤੇ ਦੇਖਣਾ ਹੈ ਕਿ ਸਾਡੇ ਕੋਲ ਕਿਹੜਾ ਨੰਬਰ ਹੋਣਾ ਚਾਹੀਦਾ ਹੈ 0 ਦੇ ਵਿੱਚ 2 ਐਡ ਕੀਤਾ ਕਿੰਨਾ ਆ ਗਿਆ 2 2 ਦੇ ਵਿੱਚ 4 ਐਡ ਕੀਤਾ ਕਿੰਨਾ ਆ ਗਿਆ 6 6 ਦੇ ਵਿੱਚ 6 ਐਡ ਕੀਤਾ ਹੁਣ ਦੋ ਦੋ ਨੰਬਰ ਵਾਦੇ ਪਏ ਆ ਠੀਕ ਹੈ ਦੋ ਦੋ ਤੋਂ 4 4 ਤੋਂ 6 ਹੋਇਆ ਠੀਕ ਹੈ 12 ਆ ਗਿਆ 12 ਦੇ ਵਿੱਚ 8 ਐਡ ਕਰਾਂਗੇ ਕਿੰਨਾ ਆ ਜਾਏਗਾ 20 20 ਦੇ ਵਿੱਚ 10 ਐਡ ਕੀਤੇ ਕਿੰਨੇ ਆਗੇ 30 30 ਦੇ ਵਿੱਚ 12 ਐਡ ਕੀਤੇ ਕਿੰਨਾ ਆ ਗਿਆ 42 ਇਹਦਾ ਮਤਲਬ ਜਿਹੜਾ கரੈਕਟ ਆਨਸਰ ਹੀ ਉਹ ਕਿੰਨਾ ਹੈ 20 ਮਤਲਬ ਬੀ ਆਪਸ਼ਨ ਜਿਹੜੀ ਹੈ ਸਾਡੀ கரੈਕਟ ਆਪਸ਼ਨ ਹੈ ਉਨੇ ਦੇਖਣ ਨੂੰ ਬਹੁਤ ਹੀ ਟਫ ਲੱਗਦਾ ਪਿਆ ਹੈ ਕਿ ਬੜਾ ਟਫ ਸਵਾਲ ਹੈ ਬਟ ਇਹ ਜਿੰਨੇ ਆਪਾਂ ਹੁਣ ਤੱਕ ਦੇ ਸਵਾਲ ਕੀਤੇ ਨੇ ਜਿੰਨੀਆਂ ਹੀ ਪ੍ਰੋਬਲਮ ਸੋਲਵ ਕੀਤੀਆਂ ਸਭ ਤੋਂ ਆਸਾਨ ਹੀ ਹੈ ਸਭ ਤੋਂ ਆਸਾਨ ਹੀ ਹੈ 2 ਠੀਕ ਹੈ 4 ਤੇ ਇੱਕ ਨਾ ਆ ਗਿਆ 2 ਮਤਲਬ ਕੀ ਹੈ 2 2 4 3 3 9 4 4 16 देन आंसर ਕੀ ਆਏਗਾ 5 5 25 52 55 ਆਨਸਰ ਜਿਹੜਾ ਵਾ ਉਹ ਸਾਡਾ கரੈਕਟ ਆਨਸਰ ਹੈ ਕਿੰਨਾ ਆਸਾਨ ਹੈ ਠੀਕ ਸਾਨੂੰ ਸਿਰਫ ਪੈਟਰਨ ਸਮਝਣ ਦੀ ਜ਼ਰੂਰਤ ਹੈ ਬਾਕੀ ਸਵਾਲ ਆਪਣੇ ਆਪ ਹੀ ਹੋ ਜਣਾ ਹੈ 36 28 24 ਹੁਣ 36 ਦੇ ਵਿੱਚੋਂ ਕਿੰਨੇ ਮਾਈਨਸ ਕਰੀਏ 28 ਹੁੰਦੇ ਆ 8 ਫਿਰ 28 ਦੇ ਵਿੱਚ ਮਾਈਨਸ ਕਿੰਨੇ ਕਰੀਏ 24 4 ਮਤਲਬ ਜੇ 28 ਦੇ ਵਿੱਚ 24 ਮਾਈਨਸ ਕਰੀਏ ਤਾਂ 4 ਆ ਜਾਂਦਾ ਹੈ ਹੁਣ ਹਾਫ ਹੋ ਗਿਆ ਏ 24 22 ਕਿੰਨਾ ਆ ਗਿਆ 2 ਇਹ ਵੀ ਇਹਦਾ ਹਾਫ ਹੋ ਗਿਆ ਤੇ ਲਾਸਟ ਦੇ ਉੱਤੇ ਕੀ ਆਏਗਾ 22 ਠੀਕ ਹੈ ਲਾਸਟ ਦੇ ਉੱਤੇ ਕੀ ਕਰਾਂਗੇ 22 21 ਕਿੰਨਾ ਆ ਜਾਏਗਾ 1 ਇਹਦਾ ਮਤਲਬ ਕੀ ਆਂਸਰ ਕੀ ਹੋਣਾ ਚਾਹੀਦਾ ਏ 21 21 ਸੀਰੀਜ਼ ਦੇ ਅਕੋਰਡਿੰਗਲੀ ਓਕੇ ਹੁਣ ਇਹ ਦੇਖੀਏ ਇਹਦੇ ਵਿੱਚ ਕੀ ਕੀਤਾ ਏ ਬੜਾ ਏ ਆਸਾਨ ਏ ਇਹਦੇ ਵਿੱਚ ਸਿੰਪਲੀ ਕੀ ਕੀਤਾ ਏ ਕਿ 29 8 ਕੀਤਾ ਏ ਪਹਿਲਾਂ ਕਿੰਨਾ ਆ ਗਿਆ 21 21 ਨੂੰ 4 ਦੇ ਨਾਲ ਮਲਟੀਪਲਾਈ ਕੀਤਾ ਏ ਕਿੰਨਾ ਆ ਗਿਆ 84 84 ਨੂੰ ਆਪਾਂ 29 ਦੇ ਵਿੱਚ ਹੁਣ ਪਲੱਸ ਕਰ ਦੇਣਾ ਏ ਠੀਕ ਹੈ 84 29 ਕਿੰਨਾ ਆ ਜਾਏਗਾ 113 ਠੀਕ ਹੈ ਇਸੇ ਤਰੀਕੇ ਨਾਲ 84 ਨੂੰ ਫਿਰ ਆਪਾਂ 4 ਦੇ ਨਾਲ ਮਲਟੀਪਲਾਈ ਕਰਾਂਗੇ ਜਦੋਂ ਇਹਨੂੰ ਆਪਾਂ 4 ਦੇ ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ 336 ਆ ਜਾਏਗਾ ਠੀਕ ਹੈ 336 ਨੂੰ ਹੁਣ 113 ਦੇ ਵਿੱਚ ਪਲੱਸ ਕਰੋ ਠੀਕ ਹੈ 336 ਪਲੱਸ ਹੋ ਗਿਆ 113 ਦੇ ਵਿੱਚ ਕਿੰਨਾ ਆ ਗਿਆ 449 ਹੁਣ 336 ਨੂੰ ਆਪਾਂ 4 ਦੇ ਨਾਲ ਮਲਟੀਪਲਾਈ ਕਰਨਾ ਹੈ ਕਿੰਨਾ ਆ ਜਾਏਗਾ 1344 1344 ਹੁਣ ਪਲੱਸ ਕਿਹੱਚ ਕਰਨਾ ਵਾ 1344 ਨੂੰ 449 ਦੇ ਵਿੱਚ ਅਨਸਰ ਕਿੰਨਾ ਆ ਜਾਏਗਾ ਸਾਡਾ 1793 ਠੀਕ ਹੈ ਡੀ ਆਪਸ਼ਨ ਜਿਹੜੀ ਆ ਉਹ ਸਾਡੀ ਕਰੈਕਟ ਆਪਸ਼ਨ ਹੈ ਠੀਕ ਹੈ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਦੋ ਸੀਰੀਜ਼ ਬੰਦੀਆਂ ਪਈਆਂ ਨੇ ਠੀਕ ਹੈ ਪਹਿਲਾ 2 ਦਾ ਸਕੁਅਰ ਕੀਤਾ ਕਿੰਨਾ ਆ ਗਿਆ 4 ਫਿਰ 4 ਦਾ ਸਕੁਅਰ ਕੀਤਾ ਕਿੰਨਾ ਆ ਗਿਆ 16 ਫਿਰ ਆਪਾਂ ਕੀ ਕਰਾਂਗੇ 6 ਦਾ ਸਕੁਅਰ ਕਰਾਂਗੇ ਕਿੰਨਾ ਆ ਜਾਏਗਾ 36 ਫਿਰ 8 ਦਾ ਸਕੁਅਰ ਕੀਤਾ ਕਿੰਨਾ ਆ ਗਿਆ ਕਿੰਨਾ ਆ ਜਾਏਗਾ 64 ਆ ਜਾਏਗਾ ਠੀਕ ਹੈ 64 ਆ ਗਿਆ ਇਹਦਾ ਮਤਲਬ ਇਥੇ ਕਿਹੜੀ অপਸ਼ਨ ਚ ਆਉਣੀ ਚਾਹੀਦੀ ਏ 36 ਠੀਕ ਹੈ ਇਹਨੂੰ ਆਪਾਂ ਘਟਾਉਂਦੇ ਪਏ ਆ 14 ਨੂੰ 14 ਨਾਲ ਮਲਟੀਪਲਾਈ ਕਰਾਂਗੇ ਠੀਕ ਹੈ 14 ਦਾ ਸਕੁਅਰ ਜਿਹੜਾ 196 ਹੁੰਦਾ ਏ 13 ਦਾ ਸਕੁਅਰ 169 ਐਂਡ 12 ਦਾ ਸਕੁਅਰ ਕਿੰਨਾ ਆ ਜਾਏਗਾ 144 ਓਕੇ okay, ਸਟੂਡੈਂਟਸ ਤੇ ਇਸ ਵੀਡੀਓ ਲੈਕਚਰ ਦੇ ਜਿਹੜੇ ਨੋਟਸ ਨੇ ਇਹ ਤੁਹਾਨੂੰ ਟੈਲੀਗ੍ਰਾਮ ਤੇ ਜਿਹੜਾ ਗਰੁੱਪ ਹੈਗਾ ਵਾ ਉੱਚ ਮਿਲ ਜਾਣਗੇ ਤੇ ਜੇ ਕਿਸੇ ਨੇ ਟੈਲੀਗ੍ਰਾਮ ਦਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਮਿਲ ਜੇਗਾ ਤੇ ਤੁਸੀਂ ਉੱਥੇ ਜਾ ਕੇ ਚੈਨਲ ਦੇ ਲਿੰਕ ਨੂੰ ਸਬਸਕ੍ਰਾਈਬ ਕਰਦੇ ਠੀਕ ਹੈ ਤੇ ਕੋਸ਼ਿਸ਼ ਕਰਿਓ ਕਿ ਇਹਦੀ ਜਿੰਨੀ ਪ੍ਰੈਕਟਿਸ ਹੋ ਜੇ ਉਹਨਾਂ ਵਧੀਆ ਕਿਉਂਕਿ ਨੰਬਰ ਸੀਰੀਜ਼ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਜੇ ਆਪਾਂ ਐਗਜ਼ਾਮ ਦੇ ਪੁਆਇੰਟ ਆਫ View ਤੋਂ ਸੋਚੀਏ ਦੇਖੀਏ ਓਕੇ ਚਲੋ ਓਕੇ ਸਟੂਡੈਂਟਸ ਥੈਂਕ ਯੂ